ਆਖਣਾ ਦੋਸਤੋ ਮੈਂ ਤੁਹਾਡਾ ਭਰਾ ਮਹਿੰਦਰਾ ਵੱਟੂ ਤੇ ਤੁਸੀਂ ਦੇਖ ਮੇਰਾ ਯੂਟਿਊਬ ਚੈਨਲ ਵੱਟੂ ਟਰੈਕਟਰ ਵਾਲਾ ਤੇ ਅੱਜ ਜਨਾਬ ਤੁਹਾਨੂੰ ਜਨਾਬ ਰਿਵਿਊ ਦਿਖਾਵਾਂਗੇ ਜੋਨ ਡੀਅਰ 720 ਜਿਹੜਾ ਕਿ ਜਨਾਬ ਪ੍ਰੈਸ ਮਸ਼ੀਨ ਚੱਲ ਰਿਹਾ ਜਾਂ ਪਰਾਲੀ ਪ੍ਰੈਸ ਕਰਨ ਵਾਲੀ ਤੇ ਤੁਹਾਨੂੰ ਮੁਕੰਮਲ ਇਨਫੋਰਮੇਸ਼ਨ ਦਿਆਂਗੇ ਤੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਵੀਡੀਓ ਅੱਛੀ ਲੱਗੇ ਤੇ ਸ਼ੇਅਰ ਕਰਨਾ ਤੇ ਲਾਈਕ ਕਰਨਾ ਨਾ ਭੁੱਲਣਾ ਦੋਸਤੋ ਇਹ ਟਰੈਕਟਰ ਜਨਾਬ ਬਲਾਰਸ ਦੇ ਮੁਕਾਬਲੇ 'ਚ ਆਇਆ ਸੀ ਤਕਰੀਬਨ 10-15 ਸਾਲ ਪਹਿਲੇ ਸ਼ਾਇਦ 2007-08 ਵਿੱਚ ਇਹ ਆਇਆ ਸੀ ਟਰੈਕਟਰ ਰਾਜਸਥਾਨ ਅਤੇ ਹੋਰ ਵੀ ਕਾਫੀ ਇਹ ਆਏ ਸੀ ਜੋਨਰ ਉਸ ਟਾਈਮ ਉਸ ਤੋਂ ਬਾਅਦ ਬੰਦ ਹੋ ਗਿਆ ਸੀ ਅਤੇ ਟਰੈਕਟਰ ਬਹੁਤ ਅੱਛਾ ਜੀ ਬਹੁਤ ਮਜ਼ਬੂਤ ਹੈ ਉਪਰੋਂ ਪੇਪਰ ਵਗੈਰਾ ਤੋਂ ਦਿਖਾਵਾਂਗੇ ਥੋੜ੍ਹਾ ਜਿਹਾ ਅਠਾਰਾਂ ਦੇ ਪੈਰ ਨੇ ਵੀ ਫੋਟੋ ਸਾਇਜ ਲੇਕਿਨ ਵੇਖਣ 'ਚ 18 ਦੇ ਵੀ ਪੈਰ ਵੱਡੇ ਲੱਗ ਰਹੇ ਨੇ ਲੇਕਿਨ ਲਿਖਿਆ 18 ਜੇ 18 ਰੱਖਣ ਪਹਿਲਾਂ ਮਸ਼ੀਨ ਚੱਲ ਰਿਹਾ ਜੀ ਬਹੁਤ ਤਗੜਾ ਟਰੈਕਟਰ ਹੈ ਇਸ ਲਈ ਇਹ ਮਸ਼ੀਨ ਉਹੀ ਟਰੈਕਟਰ ਚਲਾ ਰਹੇ ਨੇ ਜਿਹੜਾ ਪੀਡੀਓ ਵਿੱਚ ਮੁਹਾਰਤ ਰੱਖਿਆ ਹੈ ਦੂਜੀ ਸਾਈਡ ਤੁਸੀਂ ਦੇਖ ਸਕਦੇ ਇਹ 4 ਸਿਲੰਡਰ ਟਰੈਕਟਰ ਹੈ ਜੀ ਦੇਖੋ ਲਾਲ ਬਾਰਾਂ ਸਾਲਾਂ ਲੱਗਿਆ ਹੋਇਆ ਟਰੈਕਟਰ ਦੇ ਮਜ਼ਾਰ ਕਾਫੀ ਚੌੜੇ ਨੇ ਜੀ ਤੁਸੀਂ ਇਹਨਾਂ ਜਨਾਬ ਬ੍ਰੇਕ ਕਲਾਚ ਠੀਕ ਹੈ ਜੀ ਸਿੰਗਲ ਬ੍ਰੇਕਰ ਇਹਦਾ ਗੇਅਰ ਬਕਸ ਹੈਗਾ ਬਾਕੀ ਤੁਸੀਂ ਦੇਖ ਸਕਦੇ ਕੰਮ ਕਰ ਰਿਹਾ ਜੀ ਸਾਨੂੰ ਕੋਈ ਸ਼ੋਰਟ ਖਾਣੇ ਜੀ ਵਰਕਿੰਗ ਦੇ ਮਸ਼ੀਨ ਜ਼ਿਆਦਾਤਰ 6 ਸਿਲੰਡਰ ਟਰੈਕਟਰ ਜਿਹੜੇ ਨੇ ਉਹ ਇਹ ਮਸ਼ੀਨ ਚਲਾ ਰਹੇ ਨੇ ਅੱਛਾ ਦੋਸਤੋ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਇਨਸ਼ਾਅੱਲਾ ਮਜ਼ੀਦ ਅੱਛੀ ਵੀਡੀਓ ਨਾਲ ਹਾਜ਼ਰ ਹੁੰਦੇ ਰਹਾਂਗੇ ਉਦੋਂ ਤੱਕ ਦੋ ਇਜਾਜ਼ਤ ਅੱਲਾ ਹਾਫਿਜ਼